सिंह राज्यवाल किसानों के सियासी फ्रंट संयुक्त समाज मोर्चा नू अपने ही लोगों के विरोध का सामना करना पै रहा। संयुक्त समाज मोर्चा ने खन्ना तो सुखदेव सिंह टिल्लू नू अपना उम्मीदवार ऐलानिया। इस ऐलान तो बाद सुखदेव सिंह टिल्लू का लगातार विरोध हो रहा है, जिसनों लैके गल करते हाँ खन्ना तो साढ़े पत्रकार गुरजीत सिंह नाल। जी गुरजीत जी, की है पूरा मामला? जी कोमल, मैं एक चीज इतनी दसनी है, जेड़ा सुखवंत सिंह टिल्लू नू एस एस उम्मीदवार ऐलानिया, संयुक्त अकाली दल ਸਾਜੇਵਾਲ ਵੱਲੋਂ ਇਹਨਾਂ ਨੂੰ ਉਮੀਦਵਾਰ ਐਲਾਨਣ ਬਾਅਦ ਜਿਹੜਾ ਵਿਰੋਧ ਹੋਇਆ ਬਹੁਤ ਉੱਚ ਜਨਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਖਲ ਤੋਂ ਇਕੱਠ ਰੱਖਿਆ ਜਾਊਗਾ। ਉਹਦੇ ਅਗਲੀ ਰਣਨੀਤੀ ਉਹ ਤੈਅ ਕੀ ਇਹਦੇ ਨਾਲ ਚੱਲਣਾ ਜਾਂ ਨਹੀਂ ਚੱਲਣਾ। ਔਰ ਦੂਜੀ ਸਮਰਾਲਾ ਹਲਕਾ ਹੋ ਗਿਆ ਜਾਂ ਪਾਇਲ ਹੋ ਗਿਆ, ਜਿਹੜੇ ਸਾਡੇ ਨਾਲ ਲੱਗਦੇ ਇਲਾਕੇ ਨੇ, ਚਾਹੇ ਉਹ ਬਲਵੀਰ ਸਿੰਘ ਰਾਜੇਵਾਲ ਉੱਥੇ ਖੜੇ, ਉਹਨਾਂ ਦਾ ਵੀ ਵਿਰੋਧ ਕੀਤਾ ਜਾਊਗਾ। ਇੱਕ ਗੱਲ ਇੱਥੇ ਕੌਮ ਹੁੰਦੀ ਆ ਦੱਸਣੀ, ਕਿਉਂਕਿ ਜਿਹੜੇ ਬੰਦੇ ਵਿਰੋਧ ਕਰ ਰਹੇ ਨੇ ਚਾਹੇ ਗੁਰ ਉਹ ਵੀ ਰਾਜੇਵਾਲ ਜਥੇਬੰਦੀ ਦੇ ਹੀ ਬੀ ਕੇ ਯੂ ਰਾਜੇਵਾਲ ਦੇ, ਜੋ ਕਿ ਖੰਨਾ ਤੋਂ ਇੰਚਾਰਜ ਲਾਏ ਹੋਏ ਨੇ। ਔਰ ਬਲਵੀਰ ਕਹਿਣਾ ਕਿ ਜਿਹੜਾ ਰਾਜੇਵਾਲ ਸਾਹਿਬ ਨੇ ਸਾਨੂੰ ਇੱਕ ਵਾਰ ਪੁੱਛਿਆ ਨੀ ਵੀ ਆਪਾਂ ਟਿਕਟ ਕਿਹਨੂੰ ਦੇਣੀ ਆ ਜਾਂ ਕਿਸ ਉਮੀਦਵਾਰ ਨੂੰ ਦੇਣੀ ਆ, ਉਮੀਦਵਾਰ ਨੂੰ ਦੇਣੀ ਆ ਜਾਂ ਜਿਹੜੇ ਕਿਸਾਨ ਨੇ ਕੰਮ ਜਾਂ ਨੌਜਵਾਨ ਨੂੰ ਦੇਣੀ ਆ। ਇਸ ਕਰਕੇ ਉਹਨਾਂ ਚ ਵਿਰੋਧ ਦਿਨ ਵੱਧਦਾ ਜਾ ਰਿਹਾ। ਅੱਗੇ ਲੜਾਈ ਜਿਹੜੀ ਹੋ ਗਈ ਉਹ ਦਿਲਚਸਪ, ਕਿਉਂਕਿ ਸਮਰਾਲਾ ਚ ਵੀ ਜਦੋਂ ਕਿ ਆਪਣੇ ਹੀ ਬੰਦੇ ਕਿਸਾਨ ਹੀ ਕਿਸਾਨ ਦਾ ਵਿਰੋਧ ਕਰਨ ਲੱਗ ਜਾਣ, ਫਿਰ ਤਾਂ ਜਿਹੜੀ ਹੈ ਕਿ ਕਿਉਂਕਿ ਅਕਾਲੀ ਦਲ ਵੀ ਆ, ਬੀਜੇਪੀ ਵੀ ਆ, ਆਮ ਆਦਮੀ ਪਾਰਟੀ ਵੀ ਆ ਜੀ, ਬਲਕਿ ਇੰਨਾ ਕਿ ਜਿਹੜਾ ਬਲਵੀਰ ਸਿੰਘ ਰਾਜੇਵਾਲ ਖੁਦ ਇਲੈਕਸ਼ਨ ਲੜ ਰਹੇ ਨੇ, ਉਹਨਾਂ ਨੂੰ ਥੋੜਾ ਸਮਰਥਨ ਤਾਂ ਜ਼ਰੂਰ ਮਿਲਿਆ, ਕਿਉਂਕਿ ਉਹ ਖੁਦ ਵੀ ਆੜ੍ਹਤੀਆਂ ਨੇ, ਆੜ੍ਹਤੀਆਂ ਵੱਲੋਂ ਉਹਨਾਂ ਨੂੰ ਸਮਰਥਨ ਦਿੱਤਾ ਗਿਆ। ਪਰ ਜਿਹੜੇ ਉਹਨਾਂ ਨੇ ਟਿਕਟਾਂ ਦੀ ਵੰਡ ਕੀਤੀ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਹੀ ਰਿਹਾ, ਕਿਉਂਕਿ ਆਲ ਓਵਰ ਪੰਜਾਬ ਚ ਹਰ ਜਗ੍ਹਾ ਤੇ ਤਕਰੀਬਨ ਇਹਨਾਂ ਦੇ ਕਿਸਾਨਾਂ ਵੱਲੋਂ ਹੀ ਵਿਰੋਧ ਕੀਤਾ ਜਾ ਰਿਹਾ। ਜੀ ਗੁਰਜੀਤ ਜੀ, ਉਹ ਕਿਹੜੀਆਂ ਗੱਲਾਂ ਨੇ ਜਿਸ ਨੂੰ ਲੈ ਕੇ ਸੁਖਵੰਤ ਢਿੱਲੂ ਦਾ ਵਿਰੋਧ ਹੋ ਰਿਹਾ ਹੈ? ਬੀਜੇਪੀ ਦੇ ਕੱਟੜ ਸਮਰਥਕ ਸੀਗੇ, ਬੀਜੇਪੀ ਦੀ ਜਿਸ ਦਿਨ ਮੋਦੀ ਸਾਹਿਬ ਦੀ ਰੈਲੀ ਸੀ ਉਸ ਦਿਨ ਵੀ ਉਹ ਰੈਲੀ ਜਦੋਂ ਰੱਦ ਹੋਈ ਆ, ਉਸ ਤੋਂ ਬਾਅਦ ਇਹ ਐਸਡੀਐਮ ਨੂੰ ਮੰਗ ਪੱਤਰ ਦੇਣ ਗਏ ਨੇ, ਉਦੋਂ ਇਹਨਾਂ ਦਾ ਕਿੰਨਾ ਜ਼ਬਰਦਸਤ ਵਿਰੋਧ ਕੀਤਾ ਗਿਆ, ਜਦੋਂ ਕਿ ਰਾਜੇਵਾਲ ਸਾਹਿਬ ਨੂੰ ਵੀ ਪਤਾ ਸੀਗੀਆਂ ਸਾਰੀਆਂ ਗੱਲਾਂ ਵੀ ਇਹ ਇੱਕ ਪੋਲੀਟੀਕਲ ਪਾਰਟੀ ਨੂੰ ਬਲੌਕ ਕਰਦੇ ਨੇ, ਕਿ ਜਦੋਂ ਕਿ ਢੀਂਡਸਾ ਗਰੁੱਪ ਨਾਲ ਜੁੜੇ ਹੋਏ ਨੇ ਜੀ, ਉਹਨਾਂ ਨੂੰ ਟਿਕਟ ਦੇਣੀ, ਇਹ ਕੁਛ ਸਮਝ ਨੀ ਆ ਰਿਹਾ ਹੈਗਾ ਕਿ ਵੀ ਉਹਨਾਂ ਨੂੰ ਟਿਕਟ ਕਿਉਂ ਦਿੱਤੀ, ਕੀ ਕਾਰਨ ਨੇ ਵਿੱਚ, ਕੀ ਨਜ਼ਦੀਕੀਆਂ ਨੇ ਜਾਂ, ਕਿਉਂਕਿ ਜਿਹੜੀ ਇੱਕ ਚੀਜ਼ ਇੱਥੇ ਹੋਰ ਦੱਸਣ ਦੀ ਗੱਲ ਮੈਂ ਤੁਹਾਨੂੰ ਦੱਸਦਾ, ਕਿਉਂਕਿ ਜਿਹੜੇ ਰਾਜੇਵਾਲ ਸਾਹਿਬ ਨੇ ਔਰ ਸੁਖਦੇਵ ਸਿੰਘ ਢੀਂਡਸਾ ਨੇ ਇਹ ਬਹੁਤ ਹੀ ਕਲੋਜ ਫਰੈਂਡ ਵੀ ਨੇ, ਕਿਉਂਕਿ ਜਦੋਂ ਵੀ ਢੀਂਡਸਾ ਸਾਹਿਬ ਆਉਂਦੇ ਨੇ ਉਹ ਰਾਜੇਵਾਲ ਸਾਹਿਬ ਕੋਲ ਹੀ ਰੁਕਦੇ ਰਹੇ ਨੇ ਸਮਰਾਲਾ, ਚਾਹੇ ਉਹ ਮੋਦੀ ਕਾਲਜ ਦਾ ਮਾਮਲਾ ਹੋਵੇ ਜਾਂ ਕੋਈ ਹੋਰ ਹੋਵੇ। ਹੋ ਸਕਦਾ ਕਿ ਵੀ ਢੀਂਡਸਾ ਸਾਹਿਬ ਨੇ ਕਹਿ ਕੇ ਸੁਖਵੰਤ ਸਿੰਘ ਢਿੱਲੂ ਨੂੰ ਟਿਕਟ ਦਵਾਈ ਹੋਵੇ, ਕਿਉਂਕਿ ਸੂਤਰਾਂ ਤੋਂ ਜਿਹੜੀ ਜਾਣਕਾਰੀ ਮਿਲਦੀ ਹੈ ਉਹ ਤੇ ਇਹ ਹੈ ਕਿ ਅਦਰਵਾਈਜ਼ ਕਿਸਾਨਾਂ ਦਾ ਹੀ ਹੱਕ ਬਣਦਾ ਸੀ, ਕਿਸਾਨਾਂ ਨੂੰ ਟਿਕਟ ਮਿਲਣੀ ਚਾਹੀਦੀ ਸੀ, ਉਸ ਕਰਕੇ ਇਹਦਾ ਵਿਰੋਧ ਜ਼ਿਆਦਾ ਹੋ ਰਿਹਾ। ਜੀ ਕੋਮਲ ਜੀ, ਗੁਰਜੀਤ ਜੀ, ਕਿਸੇ ਹੋਰ ਉਮੀਦਵਾਰ ਵੱਲੋਂ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ? ਨਹੀਂ, ਜਿਹੜੇ ਨੌਜਵਾਨ ਵਿਰੋਧ ਕਰ ਰਹੇ ਨੇ ਉਹਨਾਂ ਤੋਂ ਵੱਲੋਂ ਹੀ, ਕਿਉਂਕਿ ਜਿਵੇਂ ਗੁਰਦੀਪ ਸਿੰਘ ਹੋ ਗਏ ਜੋ ਕਿ ਇੱਥੇ ਬੜੀ ਦੇਰ ਤੋਂ ਧਰਨਾ ਸੰਯੁਕਤ ਮੋਰਚੇ ਵਿੱਚ ਵੀ ਰਹੇ ਨੇ, ਦਿੱਲੀ ਵੀ ਜਾਂਦੇ ਰਹੇ ਨੇ, ਜਾਂ ਉਸ ਤੋਂ ਇਲਾਵਾ ਹੋਰ ਵੀ ਨੌਜਵਾਨ ਹੈਗੇ ਨੇ, ਅਵਤਾਰ ਸਿੰਘ ਹੈਗਾ ਜੋ ਕਿ ਇਸ ਹਲਕੇ 'ਚ ਵਿਚਰਦੇ ਨੇ ਹਰ ਜਗ੍ਹਾ ਆਪਣਾ, ਚਾਹੇ ਉਹ ਧਰਨਾ ਲੱਗੇ ਕਿਤੇ, ਚਾਹੇ ਕਿਸਾਨਾਂ ਦੀ ਕੋਈ ਡਿਮਾਂਡ ਹੋਵੇ, ਚਾਹੇ ਕੋਈ ਪਹਿਲਾਂ ਕਿਸਾਨਾਂ ਦੀ ਕਾਲ ਆਉਂਦੀ ਹੋਵੇ, ਉਸ ਨੂੰ ਲੈ ਕੇ ਹਰ ਜਗ੍ਹਾ ਮਤਲਬ ਉਹ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਨੇ। ਉਹਨਾਂ ਦਾ ਇਹ ਕਹਿਣਾ ਸੀ ਅਗਰ ਸਾਨੂੰ ਕਿਸੇ ਨੂੰ ਟਿਕਟ ਨਹੀਂ ਦੇਣੀ ਸੀ ਤਾਂ ਕਿਸੇ ਨੂੰ ਬੰਦੇ ਨੂੰ ਪੜ੍ਹੇ ਲਿਖੇ ਨੂੰ ਜਾਂ ਪਰਿਵਾਰ ਜਿਹੜਾ ਕਿ ਇਸ ਹਲਕੇ ਨੂੰ
गतिविधियां पिछले काफी समय तो खन्ना हल्के चल रही थी क्योंकि ढींसा साहब वालों टिकट मंग रहे थे क्योंकि इन्हें बेसिकली लुधियाना के रहने वाले ने कुछ देर तो इन्होंने खन्ना च मकान लिया हो खन्ना ही रहिंदे सी टिल्लू और इसी करके इन्हों का विरोध हो रहा जी। कोमल जी गुरजीत जी सुखवंत ढिल्लू का अपने इलाके कितनी पकड़ है जी आप गल करिए इंडिविजुअल इन्हों की गल की जा रही क्योंकि इलाके कोई बेन तो है नहीं गी इन्हों कोई पुराना इन्हों का कोई रसूख हो इतने ये तो पिछले कुछ मतलब छे महीने साल तो खन्ना आए ने जो आके कुछ थोड़ा बहुत ढींसा ग्रुप करके विचरते रहे ने आधार जो मनिया जाए तो असी जे आप किसानों की वोट करके मनी जाए तो किसान भी खिलाफ हो गए ने कोई ज्यादा आधार मैनू नहीं लगता है कि इन्हों कोई ज्यादा रिस्पोंस लोगों वालों मिल पाऊगा जे फिर भी गल करी जाए तो किन्नी वोट ले जाने च सफल हो सकते हैं तो आने वाला समा ही दसेगा पर लोग जे साडे सूत्रों तो जानकारी मिल रही है वो तो यही है कि भी ज्यादा तो ज्यादा यह 5 to 7 हज़ार या 10 हज़ार के वोट ले जा सकते हैं जी। जी कोमल जी गुरजीत जी इस पूरे मामले की जानकारी देने लिए तुहाडा बहुत बहुत धन्यवाद। सानू सारी देखो जी 2 दिन तो जिहड़ी रात परसों रात टिकट अनाउंस हुई है जिहड़ी खन्ने तो सुखवंत सिंह ढिल्लू जिहड़े बीजेपी के पूरे जिहड़े साथी ने पूरा जिहड़ा अपना इन्हां दा समर्थन है इन्हां दा वो बीजेपी नूं आ वह 2 दिन पहले ही अखबारों इन्हां दीआं खबरां लगदियां ने कि जे जिहड़ा बीजेपी वालों जा जिहड़ी पंजाब लोक कांग्रेस वालों जिन्हों भी टिकट मिलती है समर्थन करनगे ते तीन दिन पहला ये रैली ते जिहड़ी अपनी बसा लैके गए ने फिरोजपुर जिथे पूरे पंजाब का जलूस निकले आ इन्हां ने उत्थे अपना पूरा जिहड़ा कट लैके गए ने। सो अज राजेवाल साहब तो असीं इह पुछदे आ राजेवाल साहब तो यह पुछदे आ कि इह जिहा किहड़ा गंगा जल आ राजेवाल साहब जिहा किहड़ा अमृत छकाता इन्हां नूं जिहड़ा एक दिन च बीजेपी तो किसान बनाते 700 किसान जिहड़े साडे शहीद होए जिहड़े दिन पुर रात सारे लोग लगे रहे उन्हां दा जिहड़ा इक्को दम इन्होंने जिहड़ा भलाता सारा कीता कराया मिट्टी च मिलाता सानू भी दस दिंदे भरोसे च लै लैंदे असीं भी तुहाडे नाल तुर पैंदे बीजेपी दे नाल तुर पैंदे असीं क्यों दुश्मनियां पाउंदे रहे हां ਸਾਡੇ ਤੇ ਪਰਚੇ ਹੋਏ 66 ਕੰਪਲੀਟਾਂ ਹੋਈਆਂ ਆਲੇ ਦੁਆਲੇ ਦੇ ਸਾਰੇ ਸ਼ਹਿਰਾਂ 'ਚ ਬੀਜੇਪੀ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਘੇਰ ਕੇ ਉਹਨਾਂ ਦੇ ਮੂੰਹ ਕਾਲੇ ਕਰਦੇ ਰਹੇ ਦੁਸ਼ਮਣੀਆਂ ਸਾਡੀਆਂ ਪਈਆਂ ਇਹਨਾਂ ਦਾ ਕੀ ਗਿਆ ਤਾਹਾਂ ਵਾਲੇ ਲੀਡਰ ਤਾਂ ਲੀਡਰ ਹੀ ਰਹਿ ਗਏ ਇਹਨਾਂ ਨੂੰ ਪਾਰਟੀਆਂ ਨੇ ਵੀ ਸਲਾਹ ਦੇਣਾ ਲੋਕਾਂ ਨੇ ਵੀ ਸਲਾਹ ਦੇਣਾ ਦੁਸ਼ਮਣੀਆਂ ਸਾਡੀਆਂ ਪੈ ਗਈਆਂ ਪਰਚੇ ਸਾਡੇ ਚੱਲਦੇ ਆ। ਰਾਜੇਵਾਲ ਸਾਹਿਬ ਨੇ ਬਹੁਤ ਗਲਤ ਗੱਲ ਕੀਤੀ ਹੈ ਜਿਹੜੇ ਬੰਦੇ ਉਹਨਾਂ ਵਾਸਤੇ ਕੰਮ ਕਰ ਰਹੇ ਸੀ ਦਿਨ ਰਾਤ ਉਹਨਾਂ ਦੇ ਪਿੱਛੇ ਲੱਗ ਕੇ ਮੋਰਚੇ ਨੂੰ ਸਫਲ ਬਣਾਉਣ ਵਾਸਤੇ ਜਦੋਂ ਉਹਨਾਂ ਦਾ ਹੁਕਮ ਹੁੰਦਾ ਸੀ ਉਦੋਂ ਹੀ ਜਾਂਦੇ ਸੀਗੇ ਉਹਨਾਂ ਦਾ ਇਹਨਾਂ ਨੇ ਇੱਕ ਬੰਦੇ ਤੋਂ ਵੀ ਪੁੱਛਿਆ ਤੱਕ ਨਹੀਂ ਕਿਸੇ ਨੂੰ। ਬਬਲੀ ਤਵਾੜੀ ਦੇ ਪਹਿਲਾਂ ਵੋਟ ਲਵਾਏ ਰਾਜੇਵਾਲ ਸਾਹਿਬ ਨੇ ਉਹਨਾਂ ਦਾ ਨਾਂ ਤੱਕ ਨਹੀਂ ਆਇਆ ਅੱਜ ਇਹ ਕਹਿੰਦੇ ਨੇ ਵੀ ਜਿਹਨੇ ਅਪਲਾਈ ਕੀਤਾ ਉਹਨੂੰ ਟਿਕਟ ਮਿਲੂਗੀ ਇਹਨਾਂ ਨੇ ਅਪਲਾਈ ਕਦੋਂ ਕਰਤਾ ਅੱਜ ਅਸਤੀਫਾ ਇਹਨਾਂ ਦਾ ਆਇਆ ਕੱਲ ਇਹਨਾਂ ਨੂੰ ਟਿਕਟ ਮਿਲੀ ਆ ਅੱਜ ਅਸਤੀਫੇ ਪਾ ਰਹੇ ਨੇ ਫੇਸਬੁੱਕਾਂ ਤੇ ਮੀਡੀਆ ਵਾਲਿਆਂ ਨੂੰ ਪਾ ਰਹੇ ਨੇ ਦੇਖੋ ਕਿੱਡਾ ਨੇਰ ਕਰਦੀ ਆ ਪੈਸੇ ਨਾਲ ਸਾਰਾ ਕੁਝ ਸਿਸਟਮ ਉਹ ਚੱਲ ਰਿਹਾ ਜਿਨ੍ਹਾਂ ਲੋਕਾਂ ਨੇ ਕਿਸਾਨੀ ਵਾਸਤੇ ਸੰਘਰਸ਼ ਕਰਿਆ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਗਿਆ। ਕੁਛ ਨਹੀਂ ਕਹਿਣਾ ਚਾਹੁੰਦਾ ਉਹਨਾਂ ਦੇ ਮਨ ਦੇ ਵਿੱਚ ਗੁੱਸਾ ਸੀ ਮੈਂ ਆ ਗਿਆ ਨਿਕਲ ਗਿਆ ਇਹ ਤਾਂ ਚੱਲਦਾ ਹੀ ਰਹਿਣਾ ਇਲੈਕਸ਼ਨ ਵਿਰੋਧ ਤਾਂ ਉੱਥੇ ਹੁੰਦਾ ਜਿੱਥੇ ਲੋਕ ਕਰਨ ਇਹ ਤਾਂ ਸਾਡਾ ਭਾਈਚਾਰਾ ਜੇ ਮੇਰੀ ਗੱਲ ਸੁਣੋ ਦੋ ਭਰਾ ਨੇ ਮਾਰਦਾ ਇੱਟ ਬੱਗਮੀ ਦੂਜੇ ਦੇ ਉਹ ਦੂਜੇ ਦੇ ਗੰਡਾਸਾ ਮਾਮੇ ਫੁੱਫੜ ਵਿੱਚ ਪੈ ਜਾਂਦੇ ਸਮਝੌਤਾ ਹੋ ਜਾਂਦਾ ਇਦਾਂ ਹੀ ਇਹਨੂੰ ਰਾਜਨੀਤੀ ਸਮਝਦੇ ਬਿਲਕੁਲ ਇਹ ਰਾਜਨੀਤੀ ਹੈ ਲੋਕਾਂ ਲਈ ਕੀ ਸੁਨੇਹਾ ਦੇਣਾ ਚਾਹੋ ਲੋਕਾਂ ਲਈ ਸੁਨੇਹਾ ਇਹ ਆ ਵੀ ਆਪਸ ਦੇ ਵਿੱਚ ਨਾ ਲੜੋ ਤੁਸੀਂ ਜਿਹਦਾ ਵਿਰੋਧ ਕਰਨਾ ਉਹਦਾ ਵਿਰੋਧ ਕਰੋ ਜਿਹਨੇ ਬੀਜੇਪੀ ਦਾ ਵਿਰੋਧ ਕਰੋ ਜਿਹਨੇ 750 ਕਿਸਾਨ ਮਾਰਿਆ ਉਹਨਾਂ ਦਾ ਵਿਰੋਧ ਕਰੋ ਵੀ ਲੋਕ ਵੀ ਘਰਾਂ ਦੇ ਵਿੱਚ ਇਹੀ ਰਾਜਨੀਤੀ ਬਣਾਉਣ ਵੀ ਜਾਣ ਕੇ ਇੱਕ ਦੂਜਾ ਸਿਰ ਪਾੜ ਕੇ ਸਮਝੌਤੇ ਕਰਾਉਣ ਨਹੀਂ ਨਹੀਂ ਇਹ ਲੋਕ ਕਰਦੇ ਨੇ ਮੈਂ ਤਾਂ ਲੋਕਾਂ ਨੂੰ ਕਿਉਂ ਕਹੂੰਗਾ ਮੈਂ ਤਾਂ ਲੋਕਾਂ ਦਾ ਨੁਮਾਇੰਦਾ ਮੈਂ ਕਿਸੇ ਪਾਰਟੀ ਦੇ ਨਾਲ ਨਹੀਂ ਮਦਦ ਜ਼ਰੂਰ ਪਾਰਟੀਆਂ ਦੀ ਕੀਤੀ ਆ ਉਹਨਾਂ ਤੋਂ ਦੁਖੀ ਹੋ ਕੇ ਅੱਜ ਵੀ ਕੋਰਟ ਦੇ ਵਿੱਚੋਂ ਮੈਂ ਆਰਡਰ ਲੈਣ ਨੂੰ ਖੜਾ ਸੀ ਜੋ ਹਰਪਾਲ ਚੀਮਾ ਆਪੋਜੀਸ਼ਨ ਲੀਡਰ ਦੇ ਖਿਲਾਫ ਕੋਰਟ ਦੇ ਵਿੱਚੋਂ ਆਰਡਰ ਹੋਇਆ ਬਈ ਇਹਦੇ 'ਤੇ ਪਰਚਾ ਰਜਿਸਟਰ ਕੀਤਾ ਜਾਵੇ ਸਾਡੀ ਉਹਨੇ ਸਬਮਿਟ ਕਰ ਲਈ ਹੈ ਵੀ ਜਿਹੜੀ ਤੁਸੀਂ ਥਾਣੇ 'ਚ ਕੰਪਲੇਂਟ ਕੀਤੀ ਆ 3 ਨੰਬਰ ਸੈਕਟਰ ਚੰਡੀਗੜ੍ਹ 'ਚ ਉਹ ਠੀਕ ਹੈ ਲੇਕਿਨ ਮੈਂ ਵਿਦ ਪਰੂਫ ਦੇ ਨਾਲ ਵਿਦ ਐਵੀਡੈਂਸ ਦੇ ਨਾਲ ਹੀ ਪਰਚਾ ਰਜਿਸਟਰ ਕਰਾਂਗੀ ਤਾਂ ਜੋ ਮੈਂ ਹੁਣ ਸਮਨਿੰਗ ਦੇ ਜ਼ਰੀਏ ਹਰਪਾਲ ਚੀਮਾ ਨੂੰ ਵੀ ਤਲਬ ਕਰਾਂਗੀ ਅਤੇ ਮੈਂ ਆਪੋਜੀਸ਼ਨ ਨਾ ਸਪੀਕਰ ਨੂੰ ਵੀ ਤਲਬ ਕਰਾਂਗੀ। ਦੇਸ਼ ਦੁਨੀਆ ਦੀਆਂ ਨਵੀਆਂ ਅਤੇ ਤਾਜ਼ੀਆਂ ਤਰੀਨ ਖਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ
लाइक करो ते बैल आइकन ते क्लिक जरूर करो।